ਫਿਲਮ ਕੈਰੀ ਔਨ ਜੱਟਾ 2 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪੂਰੀ ਸਟਾਰ ਕਾਸਟ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਉਸ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਪਹੁੰਚੀ। ਇਸ ਵੇਲੇ ਮੇਰੇ ਨਾਲ ਸੋਨਮ ਬਾਜਵਾ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਕੈਰੀ ਔਨ ਜੱਟਾ 2 ਇਹ ਫਿਲਮ ਹੈ ਕੀ ਔਰ ਲੋਕ ਇਸ ਨੂੰ ਕਿਉਂ ਦੇਖਣ। ਵੈਸੇ ਕੈਰੀ ਔਨ ਜੱਟਾ 2 ਨੂੰ ਬਿਲਕੁਲ ਵੀ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਕੈਰੀ ਔਨ ਜੱਟਾ 1 2012 ਦੇ ਵਿੱਚ ਆਈ ਸੀ, ਸਾਰਿਆਂ ਨੇ ਬਹੁਤ ਪਸੰਦ ਕੀਤੀ ਸੀ। ਇਟਸ ਆਊਟ ਐਂਡ ਆਊਟ ਕਾਮੇਡੀ ਫਿਲਮ, ਸੋ ਸੇਮ ਸਟਾਰ ਕਾਸਟ, ਸੇਮ ਡਾਇਰੈਕਟਰ, ਐਵਰੀਥਿੰਗ ਸੇਮ। ਅਸੀਂ ਫਿਰ ਲੈ ਕੇ ਆਏ ਹਾਂ, ਇਸ ਵਾਰ ਮੈਂ ਇਸ ਫਿਲਮ ਦੇ ਵਿੱਚ ਹੈਗੀ ਹਾਂ। ਤੁਸੀਂ ਕਿਹਾ ਐਵਰੀਥਿੰਗ ਸੇਮ, ਬਟ ਮਾਹੀ ਗਿੱਲ ਦੀ ਜਗ੍ਹਾ ਤੁਸੀਂ ਲੈ ਰਹੇ ਹੋ। ਜੀ ਸੋ ਇਸ ਵਾਰ ਮੈਂ ਹੈਗੀ ਹਾਂ ਫਿਲਮ ਦੇ ਵਿੱਚ, ਬਟ ਜੋ ਫਲੇਵਰ ਹੈਗਾ ਫਿਲਮ ਦਾ, ਜੋ ਜੋਨਰ ਆ, ਜੋ ਦ ਵਾਈਬ ਜਿਹਨੂੰ ਕਹਿੰਦੇ ਆ, ਉਹ ਸੇਮ ਹੈ। ਆਊਟ ਐਂਡ ਆਊਟ ਕਾਮੇਡੀ, ਫੈਮਿਲੀ ਐਂਟਰਟੇਨਰ, ਬੱਚੇ ਵੱਡੇ ਸਾਰੇ ਜਣੇ ਇੰਜੋਏ ਕਰ ਸਕਦੇ। ਇਟਸ ਅ ਫੁੱਲ ਕਾਮੇਡੀ ਫਿਲਮ, ਸੋ 1 ਜੂਨ ਨੂੰ ਆ ਰਹੀ ਹੈ ਔਰ ਮੈਂ ਹੀ ਕਹੂੰਗੀ ਕਿ ਜ਼ਰੂਰ ਸਿਨੇਮਾ ਘਰਾਂ 'ਚ ਜਾ ਕੇ ਦੇਖ ਕੇ ਆਓ। ਸੋਨਮ ਬਾਜਵਾ ਦਾ ਆਪਣਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਇਸ ਫਿਲਮ ਦੇ ਵਿੱਚ ਕੰਮ? ਬਹੁਤ ਵਧੀਆ। ਮੈਂ ਉਦੋਂ ਕੰਮ ਵੀ ਸਟਾਰਟ ਨਹੀਂ ਸੀ ਕੀਤਾ ਜਦੋਂ ਫਿਲਮ ਇਹ ਰਿਲੀਜ਼ ਹੋਈ ਸੀ 2012 ਦੇ ਵਿੱਚ, ਸੋ ਮੇਰੇ ਲਈ ਇੱਕ ਬਹੁਤ ਮਾਣ ਵਾਲੀ ਗੱਲ ਹੈ ਕਿ ਉਹਨੂੰ ਇੱਦਾਂ ਦੀ ਕਲਾਸਿਕ ਫਿਲਮ, ਕਲਟ ਫਿਲਮ ਦੇ ਵਿੱਚ ਜਦੋਂ ਦੁਬਾਰਾ ਬਣ ਰਹੀ ਉਹਦੇ ਵਿੱਚ ਫੀਚਰ ਕਰਨਾ, ਇੰਨੇ ਵੱਡੇ ਸਟਾਰਸ ਦੇ ਨਾਲ, ਸੱਚ ਅ ਬਿਗ ਬ੍ਰਾਂਡ, ਇੰਡੀਆ ਤੋਂ ਬਾਹਰ ਵੀ ਬਹੁਤ ਲੋਕਾਂ ਨੇ ਦੇਖੀ ਆ, ਪਾਕਿਸਤਾਨ, ਕੈਨੇਡਾ, ਅਮੈਰੀਕਾ, ਸਾਰੇ ਜਿੰਨੇ ਵੀ ਪੰਜਾਬੀ ਹੈਗੇ ਆ ਸਾਰਿਆਂ ਨੇ ਆਲਮੋਸਟ ਫਿਲਮ ਦੇਖੀ ਆ। ਤੋ ਮੇਰੇ ਲਈ ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਕਾਫੀ ਐਕਟਰਸ ਨਾਲ ਪਹਿਲਾਂ ਵੀ ਕੰਮ ਕੀਤਾ ਹੋਇਆ, ਸੋ ਕੰਮ ਕਰਕੇ ਬਹੁਤ ਮਜ਼ਾ ਆਇਆ। ਇੱਦਾਂ ਲੱਗਿਆ ਨਹੀਂ ਕਿ ਅਸੀਂ ਕੰਮ ਕਰ ਰਹੇ, ਇੱਦਾਂ ਲੱਗਿਆ ਕਿ ਇੰਜੋਏ ਹੀ ਕਰ ਰਿਹਾ ਸੈੱਟ 'ਤੇ। ਤੁਸੀਂ ਕਾਫੀ ਕਲਾਕਾਰਾਂ ਦੇ ਨਾਲ ਗੱਲ ਕੀਤੀ ਕਿ ਕੰਮ ਕੀਤਾ 1984 ਪੰਜਾਬ 1984 ਜਦੋਂ ਆਈ ਦਿਲਜੀਤ ਦੇ ਨਾਲ ਕੰਮ ਕੀਤਾ, ਦਿਲਜੀਤ ਦੇ ਨਾਲ ਫਿਰ ਇੱਕ ਹੋਰ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਦਿਲਜੀਤ ਦੀ ਫਿਲਮ ਔਰ ਗਿੱਪੀ ਗਰੇਵਾਲ ਦੇ ਨਾਲ ਕੰਮ ਕਰਨ ਦੇ ਵਿੱਚ ਕਿੰਨਾ ਕੁ ਤੁਹਾਨੂੰ ਫਰਕ ਨਜ਼ਰ ਆਇਆ? ਉਹਨਾਂ ਦਾ ਕੰਮ ਜ਼ਿਆਦਾ ਵਧੀਆ ਜਾਂ ਇਹਨਾਂ ਦਾ ਕੰਮ? ਹਾਂ, ਸੀ ਕੰਪੈਰੀਜ਼ਨ ਕਰਨਾ ਹੀ ਇੱਕ ਗਲਤ ਗੱਲ ਹੈ ਮੈਨੂੰ ਲੱਗਦਾ, ਕਿਉਂਕਿ ਐਵਰੀਵਨ ਹੈਜ਼, ਮਤਲਬ ਹੁਣ ਤੁਸੀਂ ਕਹੋ ਕਿ ਸੋਨਮ ਬਾਜਵਾ ਜ਼ਿਆਦਾ ਵਧੀਆ ਕਿ ਕੋਈ ਹੋਰ ਐਕਟਰਸ, ਹਰ ਕੋਈ ਐਕਟਰ ਦੇ ਵਿੱਚ ਕੁਛ ਖਾਸੀਅਤ ਤਾਂ ਹੁੰਦੀ ਆ, ਤਾਂ ਹੀ ਉਹ ਇਸ ਮੁਕਾਮ 'ਤੇ ਅੱਜ ਪਹੁੰਚੇ ਆ। ਸੋ ਦਿਲਜੀਤ ਜਿਹਨੂੰ ਸਾਰੇ ਜਾਣਦੇ ਆ, ਹੀ ਇਜ਼ ਵੈਰੀ ਟੈਲੈਂਟਡ, ਵੈਰੀ ਫੋਕਸਡ, ਬਹੁਤ ਕਮਾਲ ਦੇ ਸਿੰਗਰ ਵੀ ਆ, ਐਕਟਰ ਵੀ ਆ। ਉਹ 1980 ਫਿਲਮ ਜਦੋਂ 1984 ਕੀਤੀ ਸੀ, ਫਿਲਮ ਦੇ ਸੈੱਟ 'ਤੇ ਮਾਹੌਲ ਡਿਫਰੈਂਟ ਸੀਗਾ, ਸੀਰੀਅਸ, ਕਦੀ ਜ਼ਿਆਦਾ ਜੋਕਸ ਨਹੀਂ ਕੀਤੇ, ਹਸੀ ਮਜ਼ਾਕ ਨਹੀਂ। ਫਿਰ ਮੈਂ ਦੂਸਰੀ ਫਿਲਮ ਉਹਨਾਂ ਦੇ ਨਾਲ ਕੀਤੀ, ਤੀਸਰੀ ਫਿਲਮ ਕੀਤੀ, ਸੋ ਨਾਓ ਅਫਕੋਰਸ ਸਾਡਾ ਕੰਫਰਟ ਲੈਵਲ ਵੱਧ ਗਿਆ ਆ, ਵੀ ਨੋ ਈਚ ਅਦਰ ਬੈਟਰ ਐਜ਼ ਐਕਟਰਸ, ਸੋ ਉਹਨਾਂ ਦੇ ਨਾਲ ਕੰਮ ਕਰਕੇ ਵੀ ਬਹੁਤ ਮਜ਼ਾ ਆਉਂਦਾ, ਸਿੱਖਣ ਨੂੰ ਮਿਲਦਾ ਬਹੁਤ, ਬਿਕੋਜ਼ ਬਹੁਤ ਕਮਾਲ ਦੇ ਐਕਟਰ ਆ। ਗਿੱਪੀ ਦੇ ਨਾਲ ਮੈਂ ਪਹਿਲੀ ਫਿਲਮ ਆਪਣੀ ਕੀਤੀ ਸੀਗੀ, ਫਿਰ ਮੰਜੇ ਬਿਸਰੇ ਲਾਸਟ ਈਅਰ ਆਈ, ਬਹੁਤ ਸਾਰਿਆਂ ਨੂੰ ਪਸੰਦ ਆਈ। ਉਹਨਾਂ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਦਾ, ਬਿਕੋਜ਼ ਹੀ ਇਜ਼ ਵੈਰੀ ਹੰਬਲ, ਵੈਰੀ ਡਾਊਨ ਟੂ ਅਰਥ, ਇੱਦਾਂ ਲੱਗਦਾ ਨਹੀਂ ਕਿ ਤੁਸੀਂ ਬਹੁਤ ਵੱਡੇ ਸਟਾਰ ਦੇ ਨਾਲ ਕੰਮ ਕਰ ਰਹੇ ਹੋ। ਸੋ ਦੋਨਾਂ ਦੇ ਯੂ ਨੋ ਅੰਦਰ ਕੁਛ ਨਾ ਕੁਛ ਖਾਸੀਅਤ ਹੈਗੀ ਆ। ਇਫ ਗਿੱਪੀ ਇਜ਼ ਵੈਰੀ ਹੰਬਲ, ਦਿਲਜੀਤ ਇਜ਼ ਵੈਰੀ 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 ਟੈਲੈਂਟਡ ਐਂਡ ਹਮੇਸ਼ਾ ਕੰਮ ਨੂੰ ਲੈ ਕੇ ਬਹੁਤ ਫੋਕਸਡ ਰਹਿੰਦੇ, ਸੋ ਦੋਨਾਂ ਤੋਂ ਕੁਛ ਨਾ ਕੁਛ ਸਿੱਖਣ ਨੂੰ ਮੈਨੂੰ ਮਿਲਿਆ। ਕੈਰੀ ਔਨ ਜੱਟਾ 2 ਦੀ ਗੱਲ ਕਰੀਏ ਤਾਂ ਇਹ ਜ਼ਿਆਦਾਤਰ ਕਾਮੇਡੀਅਨਸ ਦੇ ਨਾਲ ਭਰੀ ਹੋਈ ਹੈ, ਜਦੋਂ ਸ਼ੂਟਿੰਗ ਹੁੰਦੀ ਸੀ ਉਸ ਵੇਲੇ ਕਿੰਨਾ ਕੁ ਮਜ਼ਾਕ ਹੁੰਦਾ ਸੀ, ਐਸੀ ਕਿਹੜੀ ਗੱਲ ਹੈ ਜਿਹੜੀ ਸੋਨਮ ਬਾਜਵਾ ਨੂੰ ਇਸ ਸ਼ੂਟਿੰਗ ਦੇ ਦੌਰਾਨ ਜਿਹੜੀ ਭੁੱਲੇਗੀ ਨਹੀਂ ਔਰ ਯਾਦ ਰਹੇ? ਸੈੱਟ 'ਤੇ ਸਾਰਾ ਟਾਈਮ ਹੀ ਹਸੀ ਮਜ਼ਾਕ ਹੁੰਦਾ ਸੀਗਾ, ਬਿਕੋਜ਼ ਇੱਕ ਤਾਂ ਲਿਖੀ ਵੀ ਉੱਦਾਂ ਆ ਫਿਲਮ, ਸ਼ੂਟ ਵੀ ਉੱਦਾਂ ਹੀ ਕੀਤੀ ਆ ਹਸੀ ਮਜ਼ਾਕ, ਔਰ ਜਿਹੜੇ ਐਕਟਰਸ ਆ ਇਹ ਬਹੁਤ ਕਮਾਲ ਦੇ ਐਕਟਰਸ ਆ, ਇਹ ਆਪਣੇ ਪੰਚਸ ਖੁਦ ਹੀ ਬਣਾ ਲੈਂਦੇ ਆ, ਹਸੀ ਮਜ਼ਾਕ ਕਰਦੇ ਆ ਸੈੱਟ 'ਤੇ, ਸੋ ਮੈਨੂੰ ਤਾਂ ਇਹ ਯਾਦ ਰਹੂਗਾ ਕਿ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਹੀ ਇਹ ਸੀ ਕਿ ਮੈਂ ਨਹੀਂ ਹੱਸਣਾ, ਕਿਉਂਕਿ ਇਹ ਲੋਕ ਤਾਂ ਜੋਕ ਕਰਦੇ ਸੀਗੇ ਬਟ ਯੂ ਨੋ ਐਕਸ਼ਨ ਦੇ ਟਾਈਮ 'ਤੇ ਇੱਕਦਮ ਸੀਰੀਅਸ, ਬਟ ਫੋਰ ਮੀ ਮੈਂ ਇੱਦਾਂ ਪਹਿਲੀ ਵਾਰੀ ਐਕਸਪੀਰੀਅੰਸ ਕੀਤਾ ਇੰਨੇ ਸਾਰੇ ਕਮੇਡੀਅਨਸ ਔਰ ਇੱਦਾਂ ਐਕਟਰਸ ਦੇ ਨਾਲ ਕੰਮ ਕਰਨਾ, ਫੋਰ ਮੀ ਇਟ ਵਾਜ਼ ਅ ਲੋਟ ਆਫ ਫਨ। ਤੁਸੀਂ ਸਾਊਥ ਇੰਡੀਅਨ ਮੂਵੀਜ਼ ਦੇ ਵਿੱਚ ਵੀ ਕੰਮ ਕੀਤਾ, ਉਹਨਾਂ ਦੇ ਵਿੱਚ ਕੰਮ ਕਰਨ ਔਰ ਪੰਜਾਬੀ ਫਿਲਮ 'ਚ ਕੰਮ, ਕਿਉਂਕਿ ਤੁਸੀਂ ਪੰਜਾਬੀ ਹੋ ਨੈਚੁਰਲੀ, ਕਿ ਪੰਜਾਬ ਦੀ ਜਦੋਂ ਜੋ ਕਲਚਰ ਹੈ ਉਹ ਇੱਕ ਵੱਖਰਾ ਕਲਚਰ ਹੈ, ਪਰ ਤੁਹਾਨੂੰ ਇੱਕ ਕਲਾਕਾਰ ਹੋਣ ਦੇ ਨਾਤੇ ਪੰਜਾਬੀ ਫਿਲਮ 'ਚ ਜ਼ਿਆਦਾ ਕੰਮ ਕਰਨਾ ਵਧੀਆ ਲੱਗਦਾ ਜਾਂ ਹਿੰਦੀ ਜਾਂ ਫਿਰ ਜੋ ਸਾਊਥ ਇੰਡੀਅਨ ਮੂਵੀਜ਼ ਨੇ? ਅਸੀਂ ਹਿੰਦੀ ਤਾਂ ਮੈਂ ਹਾਲੇ ਤੱਕ ਕੀਤੀ ਨਹੀਂ, ਸਾਊਥ ਆਈ ਹੈਵ ਡਨ, ਤਾਂ ਆਫਕੋਰਸ ਉਹ ਥੋੜ੍ਹਾ ਮੁਸ਼ਕਿਲ ਇਹ ਹੁੰਦਾ ਕਿਉਂਕਿ ਮੈਨੂੰ ਲੈਂਗੁਏਜ ਨਹੀਂ ਆਉਂਦੀ, ਇੱਥੇ ਜੋ ਮੈਂ ਬੋਲਦੀ ਹਾਂ, ਕਰਦੀ ਹਾਂ, ਸਕ੍ਰਿਪਟ ਪੜ੍ਹਦੀ ਹਾਂ, ਮੈਨੂੰ ਸਭ ਕੁਝ ਸਮਝ ਆਉਂਦਾ ਆ, ਸੋ ਇੱਕ ਕੰਫਰਟ ਲੈਵਲ ਆਫਕੋਰਸ ਇੱਥੇ ਜ਼ਿਆਦਾ ਹੈਗਾ, ਬਟ ਸਾਊਥ ਦੀ ਫਿਲਮਾਂ ਦਾ ਬਜਟ ਬਹੁਤ ਵੱਡਾ ਆ, ਜਿੱਦਾਂ ਉਹ ਸ਼ੂਟ ਕਰਦੇ ਆ, 6-7 ਦਿਨ ਲਾ ਕੇ ਉਹ ਇੱਕ ਗਾਣਾ ਸ਼ੂਟ ਕਰਦੇ, ਇੱਥੇ 2 ਦਿਨਾਂ 'ਚ ਅਸੀਂ ਗਾਣਾ, 1 ਦਿਨ 'ਚ ਅਸੀਂ ਗਾਣਾ ਸ਼ੂਟ ਕਰ ਲੈਂਦੇ, ਸੋ ਬਿਕੋਜ਼ ਆਫ ਬਜਟ, ਜੇ ਬਜਟ ਹੈਗਾ ਸਭ ਕੁਛ ਆਰਾਮ ਨਾਲ ਹੋ ਸਕਦਾ, ਵੱਡਾ ਹੋ ਸਕਦਾ, ਸੋ ਉੱਥੇ ਇੱਕ ਅਲੱਗ ਐਕਸਪੀਰੀਅੰਸ ਹੈ, ਬਟ ਆਫਕੋਰਸ ਆਈ ਫੀਲ ਮੋਰ ਕੰਫਰਟੇਬਲ ਵਰਕਿੰਗ ਹੇਅਰ, ਕਿਉਂਕਿ ਮੈਨੂੰ ਲੈਂਗੁਏਜ ਆਉਂਦੀ ਹੈ, ਸਮਝ ਆਉਂਦਾ ਸਭ ਕੁਛ, ਤਾਂ ਮਜ਼ਾ ਜ਼ਿਆਦਾ ਆਉਂਦਾ ਹੈ।
ਤੁਸੀਂ ਪੰਜਾਬੀ ਹੋ ਪਰ ਜ਼ਿਆਦਾ ਤੁਹਾਡਾ ਸਮਾਂ ਯੂਪੀ ਦੇ ਵਿੱਚ ਲੰਘਿਆ, ਅੰਮ੍ਰਿਤਸਰ ਦੇ ਨਾਲ ਕੀ ਕਨੈਕਸ਼ਨ ਹੈ ਤੁਹਾਡਾ? ਮੇਰੀ ਮੋਮ ਅੰਮ੍ਰਿਤਸਰ ਤੋਂ ਆ, ਬਟ ਔਫ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਫਿਰ ਉਹ ਯੂਪੀ ਚਲੇ ਗਏ, ਬਟ ਪੰਜਾਬ ਆ ਕੇ ਮੈਨੂੰ ਹਮੇਸ਼ਾ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਪਹਿਲਾਂ ਨਹੀਂ ਸੀ ਕਦੇ ਸੋਚਿਆ, ਬਟ ਹੁਣ ਇਹ ਲੱਗਦਾ ਕਿ ਵਟਐਵਰ ਜੋ ਵੀ ਮੈਂ ਹਾਲੇ ਤੱਕ ਅਚੀਵ ਕੀਤਾ, ਇਟਸ ਬਿਕੋਜ਼ ਆਫ ਪੰਜਾਬੀ ਸਿਨੇਮਾ, ਇਟਸ ਬਿਕੋਜ਼ ਆਫ ਦ ਲਵ ਆਫ ਪੰਜਾਬੀ ਆਡੀਅੰਸ, ਤਾਂ ਪੰਜਾਬ ਹੈਜ਼ ਅ ਸਪੈਸ਼ਲ ਪਲੇਸ ਇਨ ਮਾਈ ਹਾਰਟ। ਪੰਜਾਬ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਤੁਸੀਂ ਕਾਫੀ ਸ਼ੂਟਿੰਗ ਵੀ ਕੀਤੀ, ਕਾਫੀ ਟਾਈਮ ਪ੍ਰਮੋਸ਼ਨ ਲਈ ਵੀ ਆਉਂਦੇ ਹੋ, ਅੰਮ੍ਰਿਤਸਰੀਆਂ ਦੇ ਵਿੱਚ ਐਸੀ ਕਿਹੜੀ ਖਾਸ ਗੱਲ ਹੈ ਜਿਹੜੀ ਬਾਕੀ ਪੰਜਾਬੀਆਂ ਤੋਂ ਵੱਖਰੀ ਹੈ? ਫੂਡ, ਅੰਮ੍ਰਿਤਸਰ ਦਾ ਫੂਡ ਮੈਨੂੰ ਬਹੁਤ ਪਸੰਦ ਆ, ਆਈ ਇੰਜੋਏ ਅੰਮ੍ਰਿਤਸਰਸ ਫੂਡ। ਜਦੋਂ ਕਦੀ ਬੋਂਬੇ ਵੀ ਗੱਲ ਹੁੰਦੀ ਆ ਕਿ ਉਹ ਅੰਮ੍ਰਿਤਸਰ ਜਾਣਾ, ਸਾਰੇ ਪਹਿਲਾਂ ਇਹ ਕਹਿੰਦੇ ਉਹ ਈਟ ਦੇ ਸੀ ਦਿਸ ਗੋਲਡਨ ਟੈਂਪਲ ਤੋਂ ਇਲਾਵਾ ਜੇ ਕੋਈ ਕੁਛ ਸੋਚ ਸਕਦਾ ਆ, ਇਟਸ ਫੂਡ। ਸੋ ਮੈਨੂੰ ਅੰਮ੍ਰਿਤਸਰ ਦਾ ਅੰਮ੍ਰਿਤਸਰ ਹੀ ਹੈ ਤਾਂ ਆਪਣਾ ਕੁਲਚੇ ਭਟੂਰੇ ਖਾ ਕੇ, ਬਟ ਮੈਨੂੰ ਲੱਗਦਾ ਤੁਹਾਡੇ ਜੇਕਰ ਤੁਸੀਂ ਖਾਓਗੇ ਤਾਂ ਤੁਸੀਂ ਵੀ ਮੋਟੇ ਹੋ ਜਾਓਗੇ। ਤਾਂ ਹੀ ਤਾਂ ਖਾ ਨਹੀਂ ਰਹੇ ਹੁਣ, ਅੱਜ ਤਾਂ ਕੁਛ ਖਾਧਾ ਨਹੀਂ, ਬਟ ਵੰਸ ਇਨ ਅ ਵਾਇਲ ਆਈ ਕੈਨ ਈਟ। ਮੈਨੂੰ ਬਹੁਤ ਪਸੰਦ ਹੈ ਇੱਥੋਂ ਦਾ ਫੂਡ, ਜੇ ਮੌਕਾ ਲੱਗੇ ਤਾਂ ਮੈਂ ਸਾਰਾ ਦਿਨ ਖਾ ਸਕਦੀ ਹਾਂ, ਬਟ ਆਫਕੋਰਸ ਨਹੀਂ, ਹਾਲੇ ਨਹੀਂ ਖਾ ਸਕਦੇ। ਫਿਲਮ ਰਿਲੀਜ਼ ਹੋ ਗਈ, ਮੈਂ ਸੋਚਿਆ ਉਸ ਤੋਂ ਇੱਕ ਦਿਨ ਬਾਅਦ ਆਈ ਲੀਟ। ਆਖਰੀ ਸਵਾਲ, 1 ਜੂਨ ਨੂੰ ਮੂਵੀ ਰਿਲੀਜ਼ ਹੋਣ ਜਾ ਰਹੀ ਹੈ, ਤੁਹਾਡਾ ਲੋਕਾਂ ਨੂੰ ਕੀ ਮੈਸੇਜ ਹੈ ਕਿ ਉਹ ਕਿਉਂ ਇਹ ਫਿਲਮ ਦੇਖਣ? ਫਿਲਮ ਦੇ ਵਿੱਚ ਕੀ ਐਸਾ ਖਾਸ ਹੈ ਜੋ ਬਾਕੀ ਫਿਲਮਾਂ ਤੋਂ ਹਟ ਕੇ ਹੋਊਗਾ? ਕੈਰੀ ਔਨ ਜੱਟਾ 2 ਅਸੀਂ ਬਣਾਈ ਇਸ ਕਰਕੇ ਕਿਉਂਕਿ ਲੋਕਾਂ ਨੇ ਡਿਮਾਂਡ ਕੀਤੀ, ਲੋਕ ਚਾਹੁੰਦੇ ਸੀ ਕਿ ਅਸੀਂ ਪਾਰਟ 2 ਬਣਾਈਏ, ਸੋ ਹੁਣ ਅਸੀਂ ਬਣਾਇਆ ਸਾਰਿਆਂ ਨੇ। ਔਰ ਮੈਨੂੰ ਨਹੀਂ ਲੱਗਦਾ ਕਿ ਦੇਰ ਇਜ਼ ਐਨੀ ਰੀਜ਼ਨ ਕਿ ਲੋਕ ਨਾ ਦੇਖਣ, ਤੁਸੀਂ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਦੇਖ ਸਕਦੇ ਹੋ, ਦੋਸਤਾਂ ਨਾਲ ਬੈਠ ਕੇ ਦੇਖ ਸਕਦੇ ਹੋ, ਹਸੀ ਕਾਮੇਡੀ ਫੁੱਲ ਇਮੋਸ਼ਨ ਐਵਰੀਥਿੰਗ, ਮਤਲਬ ਇੱਕ ਫੁੱਲ ਔਨ ਆਊਟ ਐਂਡ ਆਊਟ ਕਾਮੇਡੀ, ਇਟਸ ਅ ਸਟ੍ਰੈਸ ਬਸਟਰ। ਵੀਕਐਂਡ 'ਤੇ ਜਾਓ ਔਰ ਮੂਵੀ ਦੇਖੋ ਐਂਡ ਬੀ ਹੈਪੀ ਐਂਡ ਜਸਟ ਇੰਜੋਏ। ਜਿਸ ਤਰ੍ਹਾਂ ਸੀਕੁਅਲ ਬਣਿਆ, ਤੁਹਾਨੂੰ ਲੱਗਦਾ ਕਿ ਇਹ ਮੂਵੀ ਇੱਕ ਟ੍ਰੈਂਡ ਸੈਟਰ ਬਣੇਗੀ ਔਰ ਬਾਕੀ ਜਿਹੜੀਆਂ ਪਹਿਲੀਆਂ ਮੂਵੀਜ਼ ਨੇ ਹੋਰ ਵੀ ਡਾਇਰੈਕਟਰਸ ਸੀਕੁਅਲ ਜਿਹੜੇ ਉਹ ਤਿਆਰ ਕਰਨਗੇ? ਬਿਲਕੁਲ, ਉਮੀਦ ਤਾਂ ਇਹੀ ਹੈ ਕਿਉਂਕਿ ਅਸੀਂ ਪਹਿਲੀ ਨਾਲੋਂ ਵੀ ਬੈਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਫਿਲਮ ਦੇ ਵਿੱਚ, ਜ਼ਿਆਦਾ ਐਫਰਟਸ ਐਵਰੀਥਿੰਗ, ਜ਼ਿਆਦਾ ਕੁਛ ਕਰਨ ਨੂੰ, ਲੋਕਾਂ ਨੂੰ ਜੋ ਪਸੰਦ ਵੀ ਆਇਆ ਉਹਨੂੰ ਵੀ ਅਸੀਂ ਜ਼ਿਆਦਾ ਗੈਗਸ ਐਂਡ ਪੰਚਸ ਅਸੀਂ ਜ਼ਿਆਦਾ ਕੀਤੇ ਆ ਇਸ ਵਾਰ। ਸੋ ਇਫ ਇਟ ਵਰਕਸ, ਆਈ ਐਮ ਸ਼ੋਰ ਕਿ ਲੋਕਾਂ ਨੂੰ ਵੀ ਥੋੜ੍ਹਾ ਮੋਟੀਵੇਸ਼ਨ ਮਿਲੂਗਾ ਐਂਡ ਦੇ ਵਿਲ ਮੇਕ ਫਿਲਮਸ ਲਾਈਕ ਦਿਸ। ਸੋਨ ਬਾਜਵਾ, ਇਹਨਾਂ ਦਾ ਕਹਿਣਾ ਕਿ 1 ਜੂਨ ਨੂੰ ਜੋ ਮੂਵੀ ਰਿਲੀਜ਼ ਹੋ ਰਹੀ ਹੈ ਕੈਰੀ ਔਨ ਜੱਟਾ, ਇਹ ਕੈਰੀ ਔਨ ਜੱਟਾ ਦਾ ਸੀਕੁਅਲ ਹੈ ਕੈਰੀ ਔਨ ਜੱਟਾ 2, ਔਰ ਇਹਨਾਂ ਦਾ ਕਹਿਣਾ ਕਿ ਤਣਾਅ ਭਰੇ ਮਾਹੌਲ ਦੇ ਵਿੱਚ, ਤਣਾਅ ਭਰੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਹੱਸਣਾ ਬਹੁਤ ਜ਼ਰੂਰੀ ਹੈ, ਔਰ ਕੈਰੀ ਔਨ ਜੱਟਾ ਲੋਕਾਂ ਨੂੰ ਹਸਾਉਣ ਦੇ ਵਿੱਚ ਤਾਂ ਕਾਮਯਾਬ ਹੋਏਗੀ ਹੋਏਗੀ। ਇਸ ਦੇ ਨਾਲ ਲੋਕ ਇਸ ਮੂਵੀ ਦੇ ਵਿੱਚ ਜਿੰਨੇ ਵੀ ਕਲਾਕਾਰ ਨੇ ਉਹਨਾਂ ਦੇ ਕੰਮ ਨੂੰ ਅਤੇ ਫਿਲਮ ਦੀ ਜੋ ਸਟੋਰੀ ਹੈ ਉਸ ਨੂੰ ਵੀ ਜ਼ਰੂਰ ਪਸੰਦ ਕਰਨਗੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਦੈਨਿਕ ਸਵੇਰਾ, ਅੰਮ੍ਰਿਤਸਰ।